ਉਹਦੇ ਧਾਰਮਿਕ ਆਗੂ ਜਿਹੜੇ ਕੱਟੜਸ਼ਹਿਰੀ ਨੇ ਉਹ ਬੜੇ ਪਰੇਸ਼ਾਨ ਨੇ ਕਿ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੰਨਾ ਸਤਿਕਾਰ ਕਰ ਲਿਆ। ਮਨ ਦੇ ਵਿੱਚ ਇੱਕ ਬੁਲੰਦ ਖਾਨ ਨਾਮ ਉਸਦਾ ਨਾਮ ਆਉਂਦਾ ਹੈ। ਬੁਲੰਦ ਖਾਨ ਦੇ ਨਾਲ ਸਲਾਹ ਕਰਕੇ ਉਹ ਕਹਿੰਦੇ ਨੇ ਕਿ ਕਿਉਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਥੇ ਖਤਮ ਹੀ ਕਰਵਾ ਦਿੱਤਾ ਜਾਵੇ। ਇੱਕ ਤਰਕੀਬ ਬਣਾਈ ਜਾਂਦੀ ਹੈ ਅਤੇ ਬਹਾਦਰ ਸ਼ਾਹ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਬਹਾਦਰ ਸ਼ਾਹ ਜੈਜਲ ਦੇ ਜੰਗਲ ਦੇ ਵਿੱਚ ਇੱਕ ਸ਼ੇਰ ਹੈ ਅਤੇ ਸਾਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ 3 ਵਾਰੀ ਸ਼ੇਰ ਦਾ ਸ਼ਿਕਾਰ ਕੀਤਾ। ਇਹ ਸ਼ੇਰ ਆਦਮਿਕ ਹੋ ਰਿਹਾ ਕਿਉਂ ਨਾ ਇਹ ਸ਼ੇਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਮਰਵਾ ਕੇ ਵੇਖਿਆ ਜਾਓ। ਇਹ ਗੱਲ ਜਦੋਂ ਬੁਲੰਦ ਖਾਨ ਬਹਾਦਰ ਸ਼ਾਹ ਨੂੰ ਕਹਿੰਦਾ ਕਿ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਕਿ ਮੇਰੇ ਫੌਜਦਾਰ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਹੱਥੋਂ ਆਦਮਿਕ ਹੋ ਸ਼ੇਰ ਨੂੰ ਮਰਵਾ ਕੇ ਵੇਖੀਏ, ਅਤੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਕੱਲ੍ਹ ਅਸੀਂ ਜੰਗਲ ਦੇ ਵਿੱਚ ਜਾਵਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕੁਝ ਸਿੰਘਾਂ ਦੇ ਨਾਲ ਜੰਗਲ ਦੇ ਵਿੱਚ ਜਾਂਦੇ ਨੇ, ਨਾਲ ਬਹਾਦਰ ਸ਼ਾਹ ਵੀ ਹੈ ਅਤੇ ਉਸਦਾ ਬੜਾ ਬਹਾਦਰ ਜਰਨੈਲ ਬੁਲੰਦ ਖਾਨ ਵੀ ਹੈ। ਜਦੋਂ ਸ਼ੇਰ ਦੀ ਆਮਦ ਦਾ ਜਾਂ ਉਸ ਸਥਾਨ ਦਾ ਪਤਾ ਲੱਗਦਾ ਕਿ ਜਿੱਥੇ ਉਸਦੀ ਗਾਰ ਹੈ, ਜਿੱਥੇ ਉਹ ਆਦਮਖੋਰ ਸ਼ੇਰ ਰਹਿੰਦਾ ਹੈ, ਉਸੇ ਪੱਗ ਚਿੰਨ੍ਹਾਂ ਤੋਂ ਉਸਦੀ ਪੈਰਾਂ ਦੀ ਜਿਹੜੀ ਪੈਰ ਹੈ ਉਸ ਤੋਂ ਨਿਸ਼ਾਨਾ ਲੈ ਕੇ ਜਦੋਂ ਉਸ ਵੱਲ ਵਧਿਆ ਜਾ ਰਿਹਾ ਅਤੇ ਉਸ ਵੇਲੇ ਗੁਰਦੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੋਂ ਉੱਤਰ ਲੱਗਦੇ ਨੇ ਅਤੇ ਇੱਕ ਸਿੱਖ ਭਾਈ ਰੋਸ਼ਨ ਸਿੰਘ ਕਹਿੰਦਾ, ਪਾਤਸ਼ਾਹ ਜੀ ਕਿਵੇਂ ਤੁਰ ਸਕਦਾ, ਅਸੀਂ ਸਿੱਖ ਤੁਹਾਡੇ, ਸਾਡੇ ਉੱਪਰ ਤੁਹਾਡੀ ਇੰਨੀ ਕਿਰਪਾ ਅਤੇ ਸਾਡੇ ਹੁੰਦੇ ਸ਼ੇਰ ਦਾ ਸ਼ਿਕਾਰ ਕਰਨ, ਤੁਸੀਂ ਕਿਉਂ ਜਾਓ, ਅਸੀਂ ਜਾਓ। ਬੁਲੰਦ ਖਾਨ ਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਇਹਦਾ ਮਤਲਬ ਸ਼ੇਰ ਮਾਰਨਾ ਕੋਈ ਔਖਾ ਨਹੀਂ, ਜੇ ਇੱਕ ਆਮ ਸਿੱਖ ਸ਼ੇਰ ਮਾਰਨ ਦੀ ਇਜਾਜ਼ਤ ਮੰਗ ਰਿਹਾ ਮੈਨੂੰ ਸਾਹਿਬ ਦੀ ਬੋਲ, ਅਤੇ ਕਿਉਂ ਨਾ ਮੈਂ ਆਪਣੀ ਬਹਾਦਰੀ ਦਾ ਪ੍ਰਗਟਾ ਕਰਾਂ। ਉਹ ਬਹਾਦਰ ਸ਼ਾਹ ਨੂੰ ਕਹਿੰਦਾ ਕਿ ਇਹਨਾਂ ਗੁਰੂ ਦੀ ਲੋੜ ਹੈ, ਇਹ ਸ਼ੇਰ ਤਾਂ ਮੈਂ ਹੀ ਮਾਰ ਸਕਦਾ। ਬੁਲੰਦ ਖਾਨ ਜਾਂਦਾ ਸ਼ੇਰ ਗੁਫਾ 'ਚੋਂ ਨਿਕਲ ਕੇ ਉਸਦੇ ਉੱਪਰ ਝਪਟਾ ਮਾਰਦਾ ਔਰ ਸਾਡੇ ਇਤਿਹਾਸਿਕ ਸਰੋਤਾਂ 'ਚ ਜ਼ਿਕਰ ਆਉਂਦਾ ਕਿ ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਪੱਥਰ ਦੇ ਉੱਪਰ ਮਾਰਦਾ ਹੈ, ਇਸ ਤਰ੍ਹਾਂ ਸ਼ੇਰ ਨੇ ਸਰ ਜਿਹੜਾ ਬੁਲੰਦ ਖਾਨ ਸੀ ਉਸ ਨੂੰ ਇੰਨੀ ਜ਼ੋਰ ਦੀ ਝਪਟਾ ਮਾਰ ਕੇ ਜ਼ਮੀਨ 'ਤੇ ਸੁੱਟਿਆ ਕਿ ਬੁਲੰਦ ਖਾਨ ਦੀ ਉੱਥੇ ਮੌਤ ਹੋ ਗਈ, ਬਾਕੀ ਸਿਪਾਹੀ ਪਿੱਛੇ ਭੱਜ ਗਏ। ਹੁਣ ਭਾਈ ਰੋਸ਼ਨ ਸਿੰਘ ਕਹਿੰਦਾ, ਪਾਤਸ਼ਾਹ ਮੈਨੂੰ ਵੀ ਇਜਾਜ਼ਤ ਦਿਓ, ਸ਼ੇਰ ਦਾ ਸ਼ਿਕਾਰ ਮੈਂ ਕਰਨਾ ਚਾਹੁੰਦਾ। ਕਦੀ ਤਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਨੂੰ ਆਪਣੀ ਸ਼ਮਸ਼ੀਰ ਦੇਣ ਲੱਗਦੇ ਨੇ, ਕਹਿੰਦਾ ਨਹੀਂ ਪਾਤਸ਼ਾਹ, ਜੇ ਮੈਂ ਤੁਹਾਡੀ ਤਲਵਾਰ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਬਹਾਦਰ ਸ਼ਾਹ ਸਮਝੇਗਾ ਕਿ ਜ਼ਰੂਰ ਕੋਈ ਨਾ ਕੋਈ ਤਲਵਾਰ ਦੇ ਵਿੱਚ ਕਰਾਮਾਤ ਹੋਵੇਗੀ। ਮੇਰੇ ਕੋਲ ਇੱਕ ਕੁੱਤਕਾ, ਇੱਕ ਡੰਡਾ ਹੈ ਅਤੇ ਇੱਕ ਆਪਣੀ ਛੋਟੀ ਕਿਰਪਾਨ ਹੈ ਜਿਹੜੀ ਕਾਤਰੇ ਦੇ ਵਿੱਚ ਪਾਈ ਹੁੰਦੀ ਹੈ, ਮੈਂ ਇਸ ਦੇ ਨਾਲ ਹੀ ਸ਼ੇਰ ਦਾ ਸ਼ਿਕਾਰ ਕਰਾਂਗਾ। ਰੋਸ਼ਨ ਸਿੰਘ ਗਿਆ ਜਾ ਕੇ ਸ਼ੇਰ ਦਾ ਸ਼ਿਕਾਰ ਇਤਿਹਾਸਕ ਸਰੂਪ ਕਹਿੰਦੇ ਨੇ ਕਿ ਡੰਡੇ ਦੇ ਨਾਲ ਕੀਤਾ। ਜਦੋਂ ਸ਼ੇਰ ਨੂੰ ਵਾਰ ਕੇ ਬਹਾਦਰ ਸ਼ਾਹ ਦੇ ਸਾਹਮਣੇ ਲਿਆ ਕੇ ਸੁੱਟਿਆ ਅਤੇ ਬਹਾਦਰ ਸ਼ਾਹ ਨੇ ਜ਼ਮੀਨ ਨੂੰ ਹੱਥ ਲਾਏ, ਲਾਹੌਰ ਕਬੂਤ ਦਿੱਤਾ। ਐਸੇ ਬਹਾਦਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਇੱਕ ਕੁੱਤਕੇ ਇੱਕ ਡੰਡੇ ਦੇ ਨਾਲ ਸ਼ੇਰ ਦਾ ਸ਼ਿਕਾਰ ਕਰ ਲੈਂਦੇ ਨੇ, ਉਹਨੇ ਆਪਣੇ ਗਲ ਦੇ ਵਿੱਚੋਂ ਹੀਰਿਆਂ ਦਾ ਹਾਰ ਲਾ ਕੇ ਜਿਸ ਵੇਲੇ ਰੋਸ਼ਨ ਸਿੰਘ ਦੀ ਝੋਲੀ 'ਚ ਪਾਉਣਾ ਚਾਹਿਆ ਤਾਂ ਰੋਸ਼ਨ ਸਿੰਘ ਪਿੱਛੇ ਹਟ ਗਿਆ। ਬਹਾਦਰ ਸ਼ਾਹ ਕਹਿੰਦਾ, ਵੇਖਿਓ ਸਿੱਖ ਆਪਣੇ ਗੁਰੂ ਦੇ ਪ੍ਰਤੀ ਕਿੰਨਾ ਸਮਰਪਿਤ। ਬਹਾਦਰ ਸ਼ਾਹ ਕਹਿੰਦਾ, ਐ ਗੁਰੂ ਕਿਆ ਸਿੱਖਾ, ਤੂੰ ਮੇਰੇ ਸਾਹਮਣੇ ਸ਼ੇਰ ਦਾ ਸ਼ਿਕਾਰ ਕੀਤਾ ਹੈ, ਮੈਂ ਤਾਂ ਤੋਹਫੇ ਵਜੋਂ ਪ੍ਰਸੰਨ ਹੋ ਕੇ ਤੇਰੀ ਝੋਲੀ ਦੇ ਵਿੱਚ ਇਹ ਤੋਹਫਾ ਪਾਉਣਾ ਚਾਹੁੰਦਾ। ਅਤੇ ਰੋਸ਼ਨ ਸਿੰਘ ਕਹਿੰਦਾ, ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ, ਮੇਰੀ ਝੋਲੀ ਦੇ ਵਿੱਚ ਜੇ ਕੋਈ ਤਾਕ ਪਾ ਸਕਦਾ ਹੈ ਤਾਂ ਮੇਰਾ ਗੁਰੂ, ਮੈਂ ਭਿਖਾਰੀ ਨਹੀਂ ਹੈ ਕਿ ਕਿਸੇ ਹੋਰ ਦੇ ਕੋਲੋਂ ਆਪਣੀ ਝੋਲੀ ਦੇ ਵਿੱਚ ਕੁਛ ਪਵਾ ਲਿਆ। ਇਤਿਹਾਸ ਗਵਾਹ ਹੈ ਇਸ ਗੱਲ ਦਾ, ਰੋਸ਼ਨ ਸਿੰਘ ਨੇ ਬਹਾਦਰ ਸ਼ਾਹ ਤੋਂ ਕੋਈ ਤੋਹਫਾ ਸਵੀਕਾਰ ਨਹੀਂ।